ਮਨ ਬੰਨਿਆ ਪਿਆ ਏ ਮੇਰੀ ਜਾਨ ਦਾ ਸਮਾਨ ਬੰਨਿਆ ਛੱਡ ਕੇ ਜਾਣਾ ਏ ਮੈਂ ਜਾਣਦਾ ਮੈਨੂੰ ਛੱਡ ਕੇ ਜਾਣਾ ਏ ਮੈਂ ਜਾਣਦਾ ਖੜਦੀ ਮੈਂ ਮਾਫੀਆ ਮੰਗਾ ਮੈਨੂੰ ਮਾਫ ਨਾ ਕਰਦੀ ਜਦ ਵੀ ਰੋਕਾ ਹੱਥ ਬਨ ਕੇ ਖੜਦੀ ਮੈਨੂੰ ਲੱਭੇ ਨਾ ਤਰੀਕਾ ਕੋਈ ਮਨਾਉਣ ਦਾ ਮੈਨੂੰ ਲੱਭੇ ਨਾ ਤਰੀਕਾ ਕੋਈ ਮਨਾਉਣ ਦਾ ਮੈਨੂੰ ਛੱਡ ਕੇ ਸਾਡਾ ਡੋਲੂ
ਇੰਨਾ ਇਮੋਸ਼ਨਸ ਵਿੱਚ ਗਾ ਰਿਹਾ ਸੀਗਾ, ਮੈਨੂੰ ਤਾਂ ਐਂ ਲੱਗ ਰਿਹਾ ਸੀ ਕਿਤੇ ਡੋਲੂ ਛਲਕ ਨਾ ਜਾਵੇ। ਕੀ ਕਹਿਣਾ ਚਾਹੋਗੇ ਲਵ ਵੀਰ? ਅਰਫਾਨ, ਕੰਪੀਟੀਸ਼ਨ ਵੀ ਬਹੁਤ ਟਫ ਹੈ ਐਤਕੀ। ਹਾਂਜੀ, ਤੁਹਾਨੂੰ ਪਤਾ ਹੈ। ਹਾਂਜੀ, ਇਸ ਵਾਰ ਹੋਰ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਔਰ ਬਹੁਤ ਬੈਲੈਂਸਡ ਤਰੀਕੇ ਨਾਲ ਕੰਪੋਜੀਸ਼ਨ ਨੂੰ ਗਾਇਆ। ਮੈਂ ਇਕੱਲੀ ਇਕੱਲੀ ਚੀਜ਼ ਨੂੰ ਬਹੁਤ ਇੰਜੋਏ ਕਰ ਰਿਹਾ ਸੀ, ਇੱਕ ਇੱਕ ਸੈਕਿੰਡ ਨੂੰ ਇੰਜੋਏ ਕਰ ਰਿਹਾ ਸੀ ਪਰਫੋਰਮੈਂਸ। ਮੈਨੂੰ ਬਹੁਤ ਮਜ਼ਾ ਆਇਆ, ਥੈਂਕ ਯੂ ਸੋ ਮਚ ਫੋਰ ਟੁਡੇਜ਼ ਪਰਫੋਰਮੈਂਸ। ਜੀਤੇ ਰਹੋ ਲਾਡੀ ਸਰ। ਡੋਲੂ ਵਧੀਆ ਗਾਇਆ, ਬਹੁਤ ਅੱਛਾ ਗਾਉਂਦੇ ਹੋ ਇਰਫਾਨ ਤੁਸੀਂ, ਔਰ ਇਸ ਤਰ੍ਹਾਂ ਹੀ ਗਾਉਂਦੇ ਰਹੋ, ਇਸੇ ਤਰੀਕੇ ਨਾਲ ਸੋਹਣੇ ਲੱਗਦੇ ਰਹੋ, ਸੋਹਣਾ ਸੋਹਣਾ ਗਾਉਂਦੇ ਰਹੋ। ਠੀਕ ਹੈ ਬੇਟਾ, ਸ਼ਾਬਾਸ਼, ਖੁਸ਼ ਰਹੋ। ਥੈਂਕ ਯੂ ਭਾਜੀ। ਗੁਰਮੀਤ ਭਾਜੀ, ਵਾਹ ਬਈ, ਗੋਲਿਓ ਮੋਲਿਆ, ਕਮਾਲ ਹੈ। ਜਿਹੜਾ ਹਾਈ ਨੋਟ ਹੈ ਉਹ ਤਾਂ ਹੈ ਨੰਬਰ 1, ਲੋ ਨੋਟ, ਲੋ ਨੋਟ ਥੋੜੇ ਕਮਜ਼ੋਰ ਪੈ ਗਏ, ਲੇਕਿਨ ਕੋਈ ਗੱਲ ਨਹੀਂ, ਇੰਪਰੂਵਮੈਂਟ ਜ਼ਰੂਰੀ ਜ਼ਰੂਰੀ ਹੈ। ਕਿਆ ਬਾਤ ਹੈ, ਬਸ ਉਹ ਤਿਆਰੀ ਕਰੋ ਥੋੜ੍ਹੀ ਜੀ ਜਿਹੜੇ ਲੋਅ ਨੋਟਸ ਦੀ, ਅਤੇ ਨੰਬਰ 1 ਹੀ 1 ਹੈ, ਕਮਾਲ ਹੈ, ਗੁੱਡ ਲੱਕ। ਸੁਤਾਜ ਜੀ, ਇੱਕ ਮੈਂ ਚੀਜ਼ ਜੋ ਕਿਸੇ ਹੋਰ ਨੇ ਮੈਂਸ਼ਨ ਨਹੀਂ ਕੀਤੀ, ਇਹ ਕਰਨਾ, ਤੁਹਾਡੀ ਕੋਈ ਲਾਈਨ ਸੀਗੀ, ਤੇਰੇ ਜਾਣ ਪਿੱਛੋਂ ਸ਼ਾਇਦ ਖਤਰਾ ਏ ਜਾਨ ਦਾ, ਨੋ ਨੋਟ ਜਾਣ ਦਾ, ਜਾਨ ਔਰ ਜਾਨ ਬਹੁਤ ਫਰਕ ਆ, ਜਾਨ ਇਸ ਜਾਨ ਵਾਲੀ ਜਾਨ, ਜਾਨ ਇਸ ਜਾਣਾ। ਨੰਨੇ ਦਾ ਔਰ ਨਾਣੇ ਦਾ ਬਹੁਤ ਮਿਸਟੇਕ ਸਾਰੇ ਹੀ ਕਰਦੇ ਹੋ ਤੁਸੀਂ, ਇਹ ਜ਼ਰੂਰ ਮਾਇੰਡ 'ਚ ਰੱਖਣਾ ਹੈ। ਆਲ ਇਨ ਆਲ ਠੀਕ ਸੀ, ਵਧੀਆ ਸੀ, ਗਾ ਤੁਸੀਂ ਵਧੀਆ ਹੀ ਲੈਂਦੇ ਹੋ। ਥੈਂਕ ਯੂ ਜੀ। ਜੈਸਮਿਨ ਅਖਤਰ ਜੀ, ਕੀ ਕਹਿਣਾ ਚਾਹੋਗੇ ਜੀ ਡੋਲੂ ਨੂੰ? ਕਿਊਟ ਜਾ ਗੋਲੂ ਮੋਲੂ ਡੋਲੂ, ਡੋਲੂ ਨੇ ਬਹੁਤ ਸੋਹਣਾ ਗਾਇਆ। ਮੈਂ ਇਹ ਕਹਿੰਦੀ ਹਾਂ ਕਿ ਭਾਅ ਜੀ ਇੰਨੀ ਛੋਟੀ ਉਮਰ ਦੇ ਵਿੱਚ ਔਰ ਇੰਨਾ ਔਖਾ ਗਾਣਾ ਚੁਣਿਆ ਔਰ ਉਹਨੂੰ ਨਿਭਾਇਆ ਵੀ ਇੰਨੀ ਸਹਿਜ ਦੇ ਨਾਲ, ਬੜੇ ਵੈਸੇ ਆਰਾਮ ਨਾਲ ਉਹਨੇ ਨਿਭਾਇਆ ਗਾਣਾ। ਸੋ ਬਹੁਤ ਬਹੁਤ ਵਧੀਆ ਪਰਫੋਰਮੈਂਸ ਸੀਗੀ ਤੁਹਾਡੀ, ਮੈਨੂੰ ਬਹੁਤ ਮਜ਼ਾ ਆਇਆ, ਮੈਂ ਇੰਜੋਏ ਕੀਤੀ ਤੁਹਾਡੀ ਪਰਫੋਰਮੈਂਸ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਤਾੜੀਆਂ ਜੀ ਮੁੰਡੇ ਲਈ ਖਿੱਚ ਕੇ।